जी रमन किथे रह रहे हो? अपना सरी? हाँ जी सर, सरी यहाँ राइट नाउ मैं। पढ़ाई किसी दी चल रही है? तुसी असेंडा गए सी ना, मैनेजमेंट असेंडा, तुसी डिग्री की कर रहे हो या हो चुकी है? नहीं नहीं सर, कर रही हूँ राइट नाउ मैं। अच्छा, कदी कदी डिग्री हो रही है? इतने ह्यूमन रिसोर्स मैनेजमेंट है, बिजनेस मैनेजमेंट, किसी दी डिग्री है? सर मेरी एचआर दी है, बीबीए एचआर दी, ह्यूमन रिसोर्स। अच्छा, किन्ना किन्ना चिर ਕਿੰਨਾ ਚਿਰ ਹੋ ਗਿਆ ਇੱਥੇ ਆਏ ਹੋਏ ਇੰਡੀਆ ਤੋਂ ਕੈਨੇਡਾ? ਮੈਨੂੰ ਸਤੰਬਰ ਚ 3 ਸਾਲ ਹੋ ਜਾਣੇ ਆ। ਓ ਮਾਈ ਗॉड, 3 ਇਅਰਸ। ਅੱਛਾ, ਮੈਰਿਜ ਨੂੰ ਕਿੰਨੇ ਸਾਲ ਹੋ ਗਏ? 20 ਜੁਲਾਈ ਨੂੰ 6 ਸਾਲ ਹੋ ਜਾਣੇ ਸਰ। ਓਹੋ, 6 ਸਾਲ, ਦੈਟ ਇਜ਼ ਅ ਲੌਂਗ, ਦੈਟ ਇਜ਼ ਅ ਲੌਂਗ ਲੌਂਗ ਟਾਈਮ, ਦੈਟ ਇਜ਼ ਲੌਂਗ, ਇਟਸ ਲੌਂਗ ਟਾਈਮ। ਠੀਕ ਹੈ ਠੀਕ ਹੈ ਠੀਕ ਹੈ, ਆਓ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਤੁਹਾਨੂੰ। ਸਕਰੀਨ ਤੇ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੈ ਜਾਂ ਨਹੀਂ? ਮੈਨੂੰ ਕੁਛ ਨਹੀਂ ਜੋੜਨਾ ਪਿਆ। ਕੁਛ ਨਹੀਂ ਨਜ਼ਰ ਆ ਰਿਹਾ? ਓਕੇ, ਇੱਕ ਵਾਰ ਦੁਬਾਰਾ ਮੈਂ ਟਰਾਈ ਕਰਦਾ। ਹੁਣ ਨਜ਼ਰ ਆ ਰਿਹਾ ਕੁਛ? ਨਹੀਂ ਸਰ। ਸਕਰੀਨ ਤੇ ਤੁਸੀਂ ਫੋਨ ਤੇ ਦੇਖ ਰਹੇ ਹੋ ਨਾ, ਮਤਲਬ ਕਿ ਤੁਹਾਡੇ ਕੋਲ ਕੰਪਿਊਟਰ ਨਹੀਂ ਹੈ? ਹਾਂਜੀ ਸਰ, ਫੋਨ ਤੇ ਦੇਖ ਰਹੀ ਹਾਂ ਮੈਂ। ਹਾਂ, ਹੁਣ ਹੁਣ ਕੁਛ ਵੀ ਨਜ਼ਰ ਨਹੀਂ ਆਇਆ? ਨਹੀਂ ਸਰ, ਬਲੈਂਕ ਆ ਪੂਰਾ ਹਜੇ। ਅੱਛਾ, ਚਲੋ ਇਸ ਤਰ੍ਹਾਂ ਕਰਦਾ ਮੈਂ ਤੁਹਾਨੂੰ ਫਿਰ ਸੈਂਡ ਕਰਕੇ ਕਰਦਾ, ਕਿਉਂਕਿ ਸ਼ਾਇਦ, ਲੇਕਿਨ ਤੁਹਾਨੂੰ ਅਗਰ ਜੇ ਫੋਨ ਤੇ ਮੈਂ ਸੈਂਡ ਕਰਾਂਗਾ, ਸੈਂਡ ਕਰਕੇ ਉਸ ਵੇਖਦੇ ਹੋ ਤੁਹਾਡਾ ਇੰਨਾ ਘੱਟ ਜਾਏ, ਚਲੋ ਮੈਂ ਇੱਕ ਵਾਰ ਟਰਾਈ ਕਰ ਲੈਣਾ, ਨਹੀਂ ਗਏ ਤਾਂ ਤੁਹਾਨੂੰ ਫਿਰ ਸੈਂਡ ਕਰਦਾ। ਠੀਕ ਹੈ, ਹਾਂਜੀ ਸਰ। ਆਈ ਵਿਲ ਟਰਾਈ ਜਸਟ ਲਾਸਟ ਟਾਈਮ। ਆਇਆ ਸਕਰੀਨ ਤੇ ਕੁਛ? ਨਹੀਂ, ਇੱਥੇ ਮੈਡੀਕਲ ਰਿਪੋਰਟ ਦੇਖ ਰਹੀ ਆ ਮੈਨੂੰ। ਬਸ 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 ਬਸ, ਮੈਡੀਕਲ ਰਿਪੋਰਟ ਲਿਖੀ ਹੈ ਨਾ ਉੱਪਰ? ਹਾਂਜੀ ਹਾਂਜੀ, ਮੈਡੀਕਲ ਰਿਪੋਰਟ ਲਿਖੀ ਹੋਈ ਆ ਤੇ ਥੱਲੇ ਲਿਖਿਆ ਹੈ ਗਗਨਦੀਪ ਸਿੰਘ ਤੁਹਾਡੇ ਹਸਬੈਂਡ ਦਾ ਨਾਮ ਹੈ। ਹਾਂਜੀ ਸਰ, ਡੇਟ ਆਫ ਬਰਥ ਵੀ ਪਾਈ ਹੋਈ ਹੈ, ਐਡਰੈਸ ਮੈਂ ਥੋੜ੍ਹਾ ਜਿਹਾ ਉਹਨੂੰ ਹਾਈਡ ਕਰ ਲਿਆ, ਬਾਕੀ ਇਹ ਫਾਈਲ ਉਹਨਾਂ ਦੀ ਹੈ। ਮੈਡੀਕਲ ਰਿਕੁਐਸਟ ਆ ਗਈ ਹੈ, ਦੈਟ ਮੀਨਸ ਕਿ ਉਹਨਾਂ ਨੇ ਵੀਜ਼ਾ ਦੇ ਦੇਣਾ, ਮੈਡੀਕਲ ਕਰਾਓ ਅਤੇ ਵੀਜ਼ਾ ਚੱਕ ਲਓ। ਤੁਸੀਂ ਸ਼ੋਰ ਹੋ ਨਾ? ਮੈਂ ਤਾਂ 100% ਸ਼ੋਰ ਹਾਂ, ਤੁਸੀਂ ਆਪਣੀ ਗੱਲ ਦੱਸੋ। 6 ਸਾਲ ਹੋ ਗਏ ਮੈਰਿਜ ਨੂੰ, 3 ਸਾਲ ਹੋ ਗਏ ਕੈਨੇਡਾ ਆਏ, ਉਹਨਾਂ ਦੇ ਹੁਣ ਵੀਜ਼ਾ ਆਇਆ ਤਿਆਰ ਹੈ, ਉਹਨਾਂ 'ਤੇ ਬਸ ਹੁਣ ਦੇਰ ਕਿਸੇ ਚੀਜ਼ ਦੀ ਨਹੀਂ। ਮੈਡੀਕਲ ਕਰਾਓ ਅਤੇ ਵਿਦਇਨ ਹਫ਼ਤੇ 10 ਦਿਨ ਦੇ ਅੰਦਰ ਵੀਜ਼ਾ ਦਾ ਰਿਕੁਐਸਟ ਲਓ, ਪਾਸਪੋਰਟ। ਥੈਂਕ ਯੂ ਸਰ, ਥੈਂਕ ਯੂ ਸੋ ਸੋ ਮੱਚ। ਨਹੀਂ, ਥੈਂਕ ਯੂ ਤੁਹਾਡੇ ਸਾਰੇ ਦਾ, ਮੈਂ ਤਾਂ ਕੁਝ ਜ਼ਿਆਦਾ ਕੰਮ ਨਹੀਂ ਕੀਤਾ, ਮਿਹਨਤ ਤਾਂ ਤੁਸੀਂ ਕੀਤੀ ਹੈ ਸਾਰੀ। ਪਰ ਮੈਂ ਥੋੜ੍ਹੇ ਤੁਹਾਡੇ ਨਾਲ ਇੱਕ ਡਿਸਕਸ਼ਨ ਕਰਨਾ ਸੀ ਕਿ ਪਹਿਲਾਂ ਵੀ ਉਹਨਾਂ ਦਾ ਰਿਫਿਊਜ਼ ਹੋ ਚੁੱਕਾ, ਪਹਿਲਾਂ 3 ਵਾਰ ਰਿਫਿਊਜ਼ ਹੋ ਚੁੱਕਾ ਨਾ ਉਹਨਾਂ ਦਾ? ਹਾਂਜੀ ਸਰ, ਪਹਿਲਾਂ 2 ਵਾਰੀ ਰਿਫਿਊਜ਼ ਹੋ ਗਿਆ, 3 ਵਾਰ ਲਾਈ ਸੀਗੀ ਫਾਈਲ, ਬਟ ਇਹਨਾਂ ਦੀ ਫਾਈਲ ਬਹੁਤ ਜ਼ਿਆਦਾ ਵੀਕ ਸੀ ਜਦੋਂ ਮੈਂ ਤੁਹਾਨੂੰ ਮਿਲੀ ਸੀ। ਆਈ ਥਿੰਕ ਸੋ, ਮੈਂ ਤੁਹਾਨੂੰ 2020 'ਚ ਕਨੈਕਟ ਕੀਤਾ ਸੀ ਤੁਹਾਡੇ ਨਾਲ। ਜੀ, ਇਹਨਾਂ ਦਾ ਪਹਿਲਾਂ ਵੀ ਇੰਟਰਵਿਊ ਵਾਲਾ ਤਾਂ ਨਹੀਂ ਹੋਇਆ ਸ਼ਾਇਦ? ਨਹੀਂ, ਇੰਟਰਵਿਊ ਨਹੀਂ ਪਾਇਆ ਇਹਨਾਂ ਦਾ। ਮੈਂ ਇਹਨਾਂ ਦੀ ਰਿਫਿਊਜ਼ਲ ਪਹਿਲਾਂ ਦੇਖੀ ਹੋਈ ਹੈ। ਸੋ ਰਿਫਿਊਜ਼ਲ ਵਿੱਚ ਇਹ ਤੇ ਕੰਮ ਕਰ ਰਹੇ ਕੁਝ, ਇਹਨਾਂ ਦਾ ਆਪਣਾ ਕੋਈ ਦੁਕਾਨ ਹੈ ਨਾ, ਕੋਈ ਬਿਲਡਿੰਗ ਮਟੀਰੀਅਲ ਵਾਲਾ ਜੀ? ਹਾਂਜੀ, ਬਿਲਡਿੰਗ ਮਟੀਰੀਅਲ ਦੀ ਸ਼ੋਪ ਆ ਇਹਨਾਂ ਦੀ। ਪਰ ਪੁਰਾਣੀ ਐਪਲੀਕੇਸ਼ਨ ਵਿੱਚ ਵੀਜ਼ਾ ਆਫੀਸਰ ਨੇ ਗਲਤੀ ਨਾਲ ਇਹਨਾਂ ਨੂੰ ਫਾਰਮਰ ਸ਼ੋ ਕਰ ਲਿਆ ਹੈ, ਪਤਾ ਨਹੀਂ ਫਾਰਮਰ ਇਹਨਾਂ ਨੂੰ ਕਿੱਦਾਂ ਭੁਲੇਖਾ ਲੱਗਿਆ, ਫਾਰਮਰ ਹੈ ਜਾਂ ਪੁਰਾਣੀ ਐਪਲੀਕੇਸ਼ਨ ਵਿੱਚ ਕੁਛ ਹੈ, ਕੁਛ ਚੀਜ਼ ਹੈ, ਮਤਲਬ ਇਹਨਾਂ ਨੇ ਫਾਰਮਰ ਮੰਨ ਕੇ ਇਹਨਾਂ ਦੀ ਇਨਕਮ ਨੂੰ ਇਹਨਾਂ ਦੀ ਇਨਕਮ ਨੂੰ ਮੰਨਿਆ ਨਹੀਂ। ਹਾਂਜੀ ਹਾਂਜੀ ਸਰ, ਤੁਸੀਂ ਮੈਨੂੰ ਜਦੋਂ ਦੱਸਿਆ ਸੀ ਪਿਛਲੀ ਵਾਰ, ਬਟ ਅਸੀਂ ਕੋਈ ਫਾਰਮਿੰਗ ਦੇ ਲਾਏ ਨਹੀਂ ਸੀਗੇ ਕਾਗਜ਼ ਉਸ ਵੇਲੇ। ਬਿਲਕੁਲ, ਤੇ ਉਹ ਇੱਕ ਸਾਡਾ ਇੱਕ ਸੀ ਚੈਲੰਜਿੰਗ ਪੁਆਇੰਟ ਸੀ ਕਿ ਵੀ ਤੁਸੀਂ ਵੀਜ਼ਾ ਆਫੀਸਰ ਨੇ ਵਧੀਆ ਤਰੀਕੇ ਨਾਲ ਇਨਫੋਰਮੇਸ਼ਨ ਨਾ ਪੜ੍ਹੀ, ਅਗਰ ਪੜ੍ਹੀ ਤਾਂ ਉਹਨੂੰ ਸਮਝੀ ਨਹੀਂ। ਸੋ ਇੱਕ ਆਹ ਚੀਜ਼ ਸੀ, ਓਕੂਪੇਸ਼ਨ ਜੋ ਉਹਨਾਂ ਨੂੰ ਆਪਾਂ ਚੈਲੰਜ ਕੀਤਾ। ਦੂਸਰਾ, ਇਹਨਾਂ ਦੀ ਜੋ ਬੈਂਕ ਸਟੇਟਮੈਂਟ ਜਿਹੜੀ ਭੇਜੀ ਹੈ ਉਹਦੇ ਵਿੱਚ ਇਹਨਾਂ ਨੇ ਪੁਰਾਣੀ ਐਪਲੀਕੇਸ਼ਨ ਜਿਹੜੀ ਰਿਜੈਕਟ ਹੋਈ ਹੈ ਉਹਦੇ ਵਿੱਚ ਲਿਖਿਆ ਕਿ ਵੀ ਬਹੁਤ ਵੱਡੇ ਵੱਡੇ ਅਮਾਊਂਟ ਡਿਪੋਜ਼ਿਟ ਹੋਏ ਆ ਬੈਂਕ ਸਟੇਟਮੈਂਟ ਵਿੱਚ, ਜਿਹੜੇ ਸਮਝ ਨਹੀਂ ਆ ਰਹੇ ਕਿ ਪੈਸਾ ਕਿੱਥੋਂ ਆਇਆ। ਯਾਦ ਹੈ ਤੁਹਾਨੂੰ? ਹਾਂਜੀ ਹਾਂਜੀ, ਮੈਨੂੰ ਸਰ ਸੁਖਮਨ ਸਰ ਨੇ ਦੱਸਿਆ ਸੀ, ਬਟ ਕੋਈ ਵੀ ਇੰਨੀ ਵੱਡੀ ਟ੍ਰਾਂਜੈਕਸ਼ਨ ਨਹੀਂ ਹੈਗੀ ਸੀਗੀ, ਐਂਡ ਸਾਰੀਆਂ ਕੋਈ ਨਵੀਆਂ ਨਹੀਂ ਸੀਗੀਆਂ, ਸਾਰੀਆਂ ਪੁਰਾਣੀਆਂ ਹੀ ਸੀਗੀਆਂ। ਜੀ ਜੀ,
ਸੋ ਇਹ ਜੇ ਦੋ ਰੀਜ਼ਨ ਕਰਕੇ ਇਹਨਾਂ ਦੀ ਐਪਲੀਕੇਸ਼ਨ ਪਹਿਲਾਂ ਇਹ ਰਿਫਿਊਜ਼ ਹੋਈ ਹੈ ਅਤੇ ਇਸੇ ਪੁਆਇੰਟ ਨੂੰ ਲੈ ਕੇ ਅਸੀਂ ਉਹਨਾਂ ਨੂੰ ਚੈਲੰਜ ਕੀਤਾ ਕਿ ਵੀ ਤੁਸੀਂ ਇਹ ਠੀਕ ਕਰੋ, ਤੁਹਾਡੀ ਆਪਣੀ ਪ੍ਰੋਪਰ, ਤੁਸੀਂ ਇਹਨੇ ਟਾਈਮ ਲਾਇਆ ਨਹੀਂ ਇਸ ਐਪਲੀਕੇਸ਼ਨ ਨੂੰ, ਤੁਸੀਂ ਮਿੰਟਾਂ 'ਚ ਤੁਸੀਂ ਰਿਜੈਕਟ ਕਰਤਾ ਅਤੇ ਦੁਬਾਰਾ ਦੇਖੋ, ਅਤੇ ਹੁਣ ਉਸ ਚੀਜ਼ ਨੂੰ ਦੇਖ ਲਿਆ ਉਹਨਾਂ ਨੇ। ਸੋ ਤੁਹਾਨੂੰ ਨਹੀਂ ਪਤਾ ਜਦ ਮੈਨੂੰ 3 ਸਾਲ ਹੋਣ ਵਾਲੇ ਆ ਕੀ ਕੁਛ ਦੇਖ ਰਹੀ ਹਾਂ ਮੈਂ ਇੱਥੇ। ਅੱਛਾ ਅੱਛਾ, ਚਲੋ ਕੁਛ ਨਹੀਂ, ਹੁੰਦੇ ਉਹ ਵੀ ਕਲੀਅਰ ਹੋ ਗਿਆ, ਉਹ ਮਤਲਬ ਉਹ ਸਾਰੇ ਮੰਨ ਗਏ ਕਿ ਵੀ ਠੀਕ ਹੈ। ਤੁਹਾਡੀ ਫਾਈਲ ਕਦੋਂ ਲੱਗੀ ਸੀ, ਯਾਦ ਹੈ ਤੁਹਾਨੂੰ ਕਿਹੜੀ ਤਰੀਕ ਨੂੰ ਫਾਈਲ ਲੱਗੀ? ਮਾਰਚ 26 ਨੂੰ ਲਾਈ ਸੀਗੀ ਆਪਾਂ ਫਾਈਲ ਸਰ। ਇਸੇ ਸਾਲ? ਹਾਂਜੀ ਇਸੇ ਸਾਲ ਮਾਰਚ 26, ਪਹਿਲਾਂ 1.5 ਸਾਲ ਬਾਅਦ ਰਿਫਿਊਜ਼ਲ ਲਾਤਾ ਸੀ, ਕੋਵਿਡ ਕਰਕੇ ਫਾਈਲ ਪ੍ਰੋਸੈਸ ਨਹੀਂ ਹੋਈ, 1.5 ਸਾਲ ਲੱਗ ਗਿਆ ਰਿਫਿਊਜ਼ ਕਰ ਦਿੱਤੀ, ਐਂਡ ਦੁਬਾਰਾ ਆਪਾਂ ਮਾਰਚ 26 ਨੂੰ ਲਾਈ ਸੀਗੀ। ਹਾਂ ਤੇ ਫਿਰ ਹੁਣ ਤੇ 4 ਮਹੀਨੇ ਵੀ ਨਹੀਂ ਹੋਏ ਤੇ ਵੀਜ਼ਾ ਤੇ ਆ ਗਿਆ ਹੈ, ਹੁਣ ਤੇ ਮਤਲਬ ਹੁਣ ਕੋਈ ਕਸਰ ਹੀ ਨਹੀਂ ਰਹਿ ਗਈ ਹੁਣ ਤੇ। ਜਦੋਂ ਸਰ ਦੇ ਫੋਨ ਕੀਤਾ ਮੇਰੇ ਲਿਟਰਲੀ ਹੱਥ ਕੰਬ ਰਹੇ ਸੀ ਉਸ ਵੇਲੇ, ਮੈਂ ਕਿਹਾ ਤੁਸੀਂ ਦੱਸਦੇ ਕਿਉਂ ਨਹੀਂ ਪਏ ਮੈਨੂੰ। ਅੱਛਾ ਅੱਛਾ, ਨਹੀਂ ਨਹੀਂ ਮੈਂ ਤੇ ਤੁਹਾਨੂੰ ਵਿਖਾਉਣਾ ਸੀ ਐਕਚੁਲੀ ਕਿ ਵੀ ਉਹ ਡਾਕੂਮੈਂਟ ਅਸਲੀ ਹੈ, ਅਤੇ ਇਹ ਡਾਕੂਮੈਂਟ ਤੁਹਾਨੂੰ ਮੈਂ ਹੁਣੇ ਹੀ ਤੁਹਾਨੂੰ ਸੈਂਡ ਕਰ ਦਿੰਦਾ, ਅਤੇ ਆਪਣੇ ਹਸਬੈਂਡ ਨੂੰ ਕਹੋ ਕਿ ਵੀ ਹੁਣ ਤਾਂ ਰਾਤ ਹੋ ਗਈ ਹੈ ਇੱਥੇ ਇੰਡੀਆ, ਅਤੇ 9:45 ਲੱਗੇ, ਬੋਲੋ ਕੱਲ੍ਹ ਸਵੇਰੇ ਜਾ ਕੇ ਅਪੁਆਇੰਟਮੈਂਟ ਬਣਾਓ ਅਤੇ ਕੱਲ੍ਹ ਹੀ ਮੈਡੀਕਲ ਕਰੋ ਅਗਰ ਪੋਸੀਬਲ ਹੈ। ਅਤੇ ਕਈ ਲੋਕਾਂ ਨੂੰ ਮੈਡੀਕਲ ਦੇ ਬਾਅਦ ਵਿਦਇਨ ਹਫ਼ਤੇ ਦੇ ਅੰਦਰ ਪਾਸਪੋਰਟ ਦੀ ਰਿਕੁਐਸਟ ਆ ਜਾਏਗੀ, ਆ ਚੁੱਕੀ ਹੈ। ਸੋ ਕੋਈ ਵੱਡੀ ਗੱਲ ਨਹੀਂ ਕਿ ਇਹਨਾਂ ਨੇ ਵਿਦਇਨ 7 to 10 days ਇਹਨਾਂ ਨੂੰ ਵੀਜ਼ਾ ਵੀ ਆ ਜਾਏਗਾ। ਸੋ ਇਹ ਸਾਰਾ ਤੁਸੀਂ ਆਪਣਾ ਮੈਡੀਕਲ ਕਰਾਓ। ਤੁਸੀਂ ਰਿਐਕਟ ਕੁਛ ਨਹੀਂ, ਕੁਛ ਕਾਮ ਰਹੋ, ਈਜ਼ੀ ਰਹੋ, ਤੁਸੀਂ ਰਿਐਕਟ ਕਰੋ ਕਿਉਂਕਿ ਹਸਬੈਂਡ ਆਏਗਾ ਅਤੇ ਖਰਚਾ ਹੋਏਗਾ, ਨਿਆ ਕਰ ਲੈਣਾ, ਨਈ ਕਾਰ ਲੈਣੀ, ਗੱਡੀ ਲੈਣੀ, ਇੰਸ਼ੋਰੈਂਸ ਵਗੈਰਾ, ਖਰਚੇ ਲਈ ਤਿਆਰ ਹੋ ਜਾਓ, ਬਸ ਉਹਨੇ ਰਿਐਕਟ ਕਰਨਾ ਹੈ। ਇਹ ਸੋਚੋ ਕਿ ਵੀ ਹਸਬੈਂਡ ਆਉਣਗੇ, ਹਸਬੈਂਡ ਤੇ ਆਪਣਾ ਬਿਜ਼ਨਸ ਰਨ ਕਰਨਾ ਹੈ ਇੱਥੇ ਪੰਜਾਬ, ਤੇ ਉੱਥੇ ਆ ਕੇ ਕਿਹੜਾ ਬਿਜ਼ਨਸ ਰਨ ਕਰਨਗੇ ਸਰੀ ਆ ਕੇ, ਇਹਦੀ ਪਲੈਨਿੰਗ ਕਰੋ। ਥੈਂਕ ਯੂ ਸੋ ਮਚ। ਇਹਨਾਂ ਦੀ ਫਾਈਲ ਬਹੁਤ ਜ਼ਿਆਦਾ ਖਰਾਬ ਸੀ, ਓਨੈਸਟਲੀ ਬਹੁਤ ਜ਼ਿਆਦਾ। ਕੈਨੇਡਾ ਦਾ, ਇੰਗਲੈਂਡ ਦਾ ਬੈਨ ਸੀ, ਤੇ ਪਹਿਲਾਂ ਇਹਨਾਂ ਨੇ ਵਿਜ਼ਿਟਰ ਲਾਇਆ ਸੀ ਕੈਨੇਡਾ ਦਾ, ਉਹ ਵੀ ਰਿਫਿਊਜ਼ ਸੀ, 2 ਵਾਰੀ ਫਾਈਲ ਰਿਫਿਊਜ਼ ਹੋ ਚੁੱਕੀ ਸੀਗੀ। ਦੋ ਵਾਰ ਪਹਿਲਾਂ ਰਿਫਿਊਜ਼ ਹੋ ਚੁੱਕੀ ਸੀ, ਇੰਗਲੈਂਡ ਤੋਂ ਵੀ ਬੈਨ ਲੈ ਕੇ ਬੈਠੇ ਆ, ਠੀਕ ਹੈ ਇਹ ਨਾ। ਹਾਂਜੀ ਇੰਗਲੈਂਡ ਤੋਂ 10 ਸਾਲ ਦਾ ਬੈਨ ਸੀਗਾ ਇਹਨਾਂ ਦਾ। ਓ ਮਾਈ ਗॉड, ਇੰਗਲੈਂਡ ਤੋਂ ਬੈਨ, 2 ਵਾਰ ਕੈਨੇਡਾ ਤੋਂ ਰਿਫਿਊਜ਼, ਤੇ ਹੁਣ ਇਹ ਤੀਸਰੀ ਅਟੈਂਪਟ ਵਿੱਚ ਹੁਣ ਕੈਨੇਡਾ ਤੁਹਾਨੂੰ ਵੀਜ਼ਾ ਦੇ ਰਿਹਾ ਹੈ, ਤੇ ਬਹੁਤ ਵੱਡੀ ਇੱਕ। ਇੱਕ ਵਾਰ ਇਹਨਾਂ ਨੇ ਵਿਜ਼ਿਟਰ ਲਾਇਆ ਸੀ ਮੇਰੇ ਇੱਥੇ ਆਉਣ ਤੋਂ ਪਹਿਲਾਂ, ਉਹ ਰਿਫਿਊਜ਼ ਸੀਗਾ, ਬਾਅਦ ਵਿੱਚ ਆਪਾਂ 2 ਵਾਰੀ ਓਪਨ ਲਾਇਆ, ਉਹ ਰਿਫਿਊਜ਼ ਹੀ ਹੁਣ 3rd time ਜਾ ਕੇ ਆਇਆ ਆ। ਜੀ, ਇਹ ਤੇ ਤੁਹਾਡੀ ਕਿਸਮਤ ਹੈ, ਤੁਹਾਡੀ ਮਿਹਨਤ ਹੈ, ਤੁਹਾਡੇ ਕਾਗਜ਼ ਹੈ ਤੇ ਡਾਕੂਮੈਂਟਸ ਹੈ ਸਾਰੇ, ਤੇ ਬਾਕੀ ਤੁਹਾਡੀ ਕਿਸਮਤ ਹੈ, ਇਹੀ ਮੈਂ ਕਹਿ ਸਕਦਾ। ਠੀਕ, ਐਵਰੀਥਿੰਗ ਇਜ਼ ਲੁਕਿੰਗ ਗੁੱਡ। ਸੋ ਤੁਸੀਂ ਹੁਣ ਕੰਮ 'ਤੇ ਚੱਲੇ ਹੋ, ਕਿੱਥੇ ਜਾ ਰਹੇ ਕੰਮ 'ਤੇ, ਜਾਂ ਕਿ ਆਰਾਮ ਕਰੋਗੇ ਅੱਜ? ਨਹੀਂ, ਮੈਂ ਕੰਮ 'ਤੇ ਜਾਣਾ ਪੈਣਾ ਸਰ, ਕੋਈ ਉੱਥੇ ਹੈਗਾ ਨਹੀਂ, ਮੈਨੂੰ ਕੰਮ 'ਤੇ ਜਾਣਾ ਪੈਣਾ ਅੱਜ, ਥੋੜ੍ਹੀ ਜਿਹੀ ਲੇਟ ਹੋ ਜੂਗੀ ਬਟ ਮੈਂ ਜਾਊਂਗੀ। ਜਾਓ, ਸ਼ਿਓਰ ਜਾਓ, ਤੁਹਾਨੂੰ ਮੈਂ ਲੈਟਰ ਹੁਣੇ ਹੀ ਤੁਹਾਨੂੰ ਸੈਂਡ ਕਰਦਾ ਵਟਸਐਪ 'ਤੇ, ਉਹਨਾਂ ਨੂੰ ਸੈਂਡ ਕਰੋ, ਆਪਣੇ ਹਸਬੈਂਡ ਨੂੰ ਇਮੀਡੀਏਟਲੀ ਕਾਲ ਕਰਕੇ ਉਹਨਾਂ ਨੂੰ ਇਨਫੋਰਮ ਕਰੋ ਕਿ ਕੱਲ੍ਹ ਜਾ ਕੇ ਅਪੁਆਇੰਟਮੈਂਟ ਲੈ ਕੇ ਮੈਡੀਕਲ ਪੂਰਾ ਕਰੋ ਆਪਣਾ। ਹਾਂਜੀ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਥੈਂਕ ਯੂ, ਟੇਕ ਕੇਅਰ, ਬਾਏ ਬਾਏ।